سورة فاطر. بسم الله الرحمن الرحيم. الحمد لله فاطر السماوات والأرض جاعل الملائكة رسلا أولي أجنحة مثنى وثلاث ورباع يزيد في الخلق ما يشاء إن الله على كل شيء قدير. ما يفتح الله للناس من رحمة فلا ممسك لها وما يمسك فلا مرسل له من بعده وهو العزيز الحكيم. يا أيها الناس اذكروا نعمة الله عليكم هل من خالق غير الله يرزقكم من السماء والأرض لا إله إلا هو فأنى تؤفكون. وإن يكذبوك فقد كذبت رسل من قبلك وإلى الله ترجع الأمور. يا أيها الناس إن وعد الله حق قل فلا تغرنكم الحياة الدنيا ولا يغرنكم بالله الغرور. إن الشيطان لكم عدو فاتخذوه عدوا إنما يدعو حزبه ليكونوا من أصحاب السعير. الذين كفروا لهم عذاب شديد والذين آمنوا وعملوا الصالحات لهم مغفرة وأجر كبير. سورة فاطر. بسم الله الرحمن الرحيم. شروع اللہ دے نام نال جو بڑا مہربان نہایت رحم والا ہے. سب صبح اللہ ہی دیئے پیدا کرن والا آسمانا تے زمین دا ਬਣਾਉਣ ਵਾਲਾ ਫਰਿਸ਼ਤਿਆਂ ਨੂੰ ਪੈਗਾਮ ਲਿਆਉਣ ਵਾਲੇ ਦੋ ਦੋ ਅਤੇ ਤਿੰਨ ਤਿੰਨ ਅਤੇ ਚਾਰ ਚਾਰ ਪਰਾਂ ਵਾਲੇ ਉਹ ਵਧਾ ਦਿੰਦਾ ਹੈ ਪੈਦਾ ਕਰਨ ਵਿੱਚ ਜੋ ਚਾਹੇ. ਅੱਲਾ ਦਾ ਜ਼ਰੂਰ ਹਰ ਕਾਸੇ ਉੱਤੇ ਵਸ ਚੱਲਦਾ ਹੈ. ਜੋ ਖੋਲ੍ਹਦੇ ਅੱਲਾ ਲੋਕਾਂ ਲਈ ਕੁਛ ਰਹਿਮਤ ਦਾ ਬੂਹਾ ਤਾਂ ਕੋਈ ਨਹੀਂ ਬੰਦ ਕਰਨ ਵਾਲਾ ਉਸ ਨੂੰ, ਅਤੇ ਜੋ ਬੰਦ ਕਰ ਰੱਖੇ ਤਾਂ ਕੋਈ ਨਹੀਂ ਖੋਲ੍ਹਣ ਵਾਲਾ ਉਸ ਨੂੰ ਪਿੱਛੇ ਉਹਦੇ, ਅਤੇ ਉਹ ਹੀ ਹੈ ਜ਼ੋਰਾਵਰ ਹਿਕਮਤ ਵਾਲਾ. ਇਹ ਲੋਕੋ ਯਾਦ ਕਰੋ ਅਹਿਸਾਨ ਅੱਲਾ ਦਾ ਆਪਣੇ ਉੱਤੇ, ਭਲਾ ਹੈ ਕੋਈ ਪੈਦਾ ਕਰਨ ਵਾਲਾ? ਸਵਾਲ ਅੱਲਾ ਦੇ ਜੋ ਰਿਜ਼ਕ ਦੇ ਤੁਹਾਨੂੰ ਆਸਮਾਨੋਂ ਅਤੇ ਜ਼ਮੀਨੋਂ, ਉਸ ਬਿਨ ਕੋਈ ਬੰਦਗੀ ਦੇ ਲਾਇਕ ਨਹੀਂ. ਆਖਰ ਕਿੱਧਰ ਧੋਖਾ ਖਾਂਦੇ ਫਿਰਦੇ ਹੋ? ਐ ਹਬੀਬ, ਜੇ ਝੁਠਲਾਉਣ ਤੈਨੂੰ ਤਾਂ ਝੁਠਲਾਏ ਗਏ ਨੇ ਕਈ ਪੈਗੰਬਰ ਤੇਥੋਂ ਪਹਿਲੇ, ਅਤੇ ਅੱਲਾ ਹੀ ਵੱਲ ਮੋੜੇ ਜਾਂਦੇ ਨੇ ਸਭ ਕੰਮ. ਇਹ ਲੋਕੋ, ਵਾਅਦਾ ਅੱਲਾ ਦਾ ਜ਼ਰੂਰ ਸੱਚਾ ਹੈ. ਧੋਖਾ ਨਾ ਦੇ ਤੁਹਾਨੂੰ ਜਿਉਣਾ ਦੁਨੀਆ ਦਾ, ਅਤੇ ਨਾ ਧੋਖਾ ਦੇ ਤੁਹਾਨੂੰ ਅੱਲਾ ਦੇ ਬਾਰੇ ਸ਼ੈਤਾਨ ਫਰੇਬੀ. ਸ਼ੈਤਾਨ ਤੁਹਾਡਾ ਜ਼ਰੂਰ ਵੈਰੀ ਹੈ, ਸੋ ਤੁਸੀਂ ਵੀ ਸਮਝ ਰੱਖੋ ਉਹਨੂੰ ਆਪਣਾ ਵੈਰੀ,
ਮੇਰਾ ਇਸ ਵਾਸਤੇ ਸੱਦਾ ਹੈ ਆਪਣੀ ਰਾਹ ਉੱਤੇ ਆਪਣੇ ਟੋਲੇ ਨੂੰ, ਤਾਂ ਹੋ ਜਾਣ ਦੋਜ਼ਖ ਵਾਲਿਆਂ ਵਿੱਚੋਂ। ਜਿਹੜੇ ਬੇਈਮਾਨ ਹੋਏ ਉਹਨਾਂ ਨੂੰ ਮਾਰ ਹੈ ਸਖ਼ਤ, ਅਤੇ ਜਿਨ੍ਹਾਂ ਮੰਨਿਆ ਅਤੇ ਕੀਤੀਆਂ ਭਲਿਆਈਆਂ ਉਹਨਾਂ ਲਈ ਬਖਸ਼ਿਸ਼ ਹੈ ਅਤੇ ਸਵਾਬ ਬੜਾ। أَفَمَنْ زُيِّنَ لَهُ سُوءُ عَمَلِهِ فَرَآهُ حَسَنًا فَإِنَّ اللَّهَ يُضِلُّ مَنْ يَشَاءُ وَيَهْدِي مَنْ يَشَاءُ فلا تذهب نفسك عليهم حسرات إن الله عليم بما يصنعون والله الذي أرسل الرياح فتثير سحابا فسقناه إلى بلد ميت فأحيينا به الأرض بعد موتها كذلك النشور من كان يريد العزة فلله العزة جميعا إليه يصعد الكلم الطيب والعمل الصالح يرفعه والذين يمكرون السيئات لهم عذاب شديد ومكر أولئك هو يبور والله خلقكم من تراب ثم من نطفة ثم جعلكم أزواجا وما تحمل من أنثى ولا تضع إلا بعلمه وما يعمر وما يستوي البحران هذا عذب فرات سائغ شرابه وهذا ملح أجاج ومن كل تأكلون لحما طريا وتستخرجون حلية تلبسونها وترى الفلك فيه مواخر لتبتغوا من فضله ولعلكم تشكرون يولج الليل في النهار ويولج النهار في الليل وسخر الشمس والقمر كل يجري لأجل مسمى ذلكم الله ربكم له الملك والذين تدعون من دونه ما يملكون من قطمير إن تدعوهم لا يسمعوا دعاءكم ولو سمعوا ما استجابوا لكم ويوم القيامة يكفرون بشرككم ولا ينبئك مثل خبير پلا پھر جدے لئی سجایا گیا برا کرتب ہو دا پھر ویکھو سو اونوں سونا اللہ راہ بلاندا جس نوں چاہے
ਤੇ ਰਾਹ ਪਾਉਂਦਾ ਜਿਸ ਨੂੰ ਚਾਹੇ। ਹਬੀਬ ਸੋਨਾ ਜਾਂਦੀ ਰਹੇ ਜਾਨ ਤੇਰੀ, ਉਹਨਾਂ ਖਾਤਰ ਗਮ ਤੇ ਅਫਸੋਸ ਨਾਲ ਅੱਲਾ ਜ਼ਰੂਰ ਜਾਣਦਾ ਜੋ ਕਰਦੇ ਨੇ। ਤੇ ਅੱਲਾ ਉਹ ਏ ਜਿਨ ਭੇਜੀਆਂ ਹਵਾਵਾਂ, ਫਿਰ ਚੁੱਕ ਲਿਆਉਂਦੀਆਂ ਨੇ ਬੱਦਲ, ਫਿਰ ਤੋਰਿਆ ਅਸਾਂ ਉਸ ਨੂੰ ਮੋਏ ਦੇਸ਼ ਵੱਲ, ਫਿਰ ਜਵਾਈ ਅਸਾਂ ਉਸ ਨਾਲ ਜ਼ਮੀਨ ਪਿੱਛੇ ਉਸ ਦੇ ਮਰਨੇ ਦੇ। ਇਸੇ ਹੀ ਤਰ੍ਹਾਂ ਜੀ ਉੱਠਣਾ ਮੋਇਆਂ ਦਾ, ਜਿਹੜਾ ਚਾਹੁੰਦਾ ਹੋਵੇ ਇੱਜ਼ਤ ਤਾਂ ਅੱਲਾ ਹੀ ਦੇ ਹੱਥ ਇੱਜ਼ਤ ਸਾਰੀ, ਉਸੇ ਵੱਲ ਚੜ੍ਹਦੀ ਏ ਕਲਾਮ ਪਾਕੀ ਦਾ ਅਤੇ ਅਮਲ ਨੇਕ ਚੁੱਕ ਲੈ ਜਾਂਦਾ ਉਹਨੂੰ। ਅਤੇ ਜਿਹੜੇ ਦਾ ਲਾਉਂਦੇ ਨੇ ਬੇਹੂਦਾ, ਉਹਨਾਂ ਨੂੰ ਮਾਰ ਸਖਤ, ਅਤੇ ਦਾ ਉਹਨਾਂ ਦਾ ਆਪਣੇ ਆਪ ਬਰਬਾਦ ਹੋ ਜਾਂਦਾ ਹੈ। ਅਤੇ ਅੱਲਾ ਨੇ ਬਣਾਇਆ ਤੁਹਾਨੂੰ ਮਿੱਟੀ ਤੋਂ, ਫਿਰ ਪਾਣੀ ਦੀ ਬੂੰਦ ਤੋਂ, ਫਿਰ ਕਰ ਦਿੱਤਾ ਤੁਸਾਨੂੰ ਜੋੜੇ ਜੋੜੇ, ਅਤੇ ਨਹੀਂ ਢਿੱਡ ਹੋ ਜਾਂਦਾ ਕਿਸੇ ਮਾਦੀ ਨੂੰ, ਅਤੇ ਨਾ ਬੱਚਾ ਜਾਣਦੀ ਏ ਬਾਜ ਉਹਦੇ ਜਾਣਨੇ ਦੇ, ਅਤੇ ਨਹੀਂ ਉਮਰ ਮਿਲਦੀ ਕਿਸੇ ਬੜੀ ਉਮਰ ਵਾਲੇ ਨੂੰ, ਅਤੇ ਨਾ ਘੱਟਦੀ ਏ ਕਿਸੇ ਦੀ ਉਮਰ। ਪਰ ਲਿਖੀ ਏ ਕਿਤਾਬ ਵਿੱਚ, ਇਹ ਕੰਮ ਅੱਲਾਹ ਅੱਗੇ ਜ਼ਰੂਰ ਆਸਾਨ ਹੈ। ਅਤੇ ਨਹੀਂ ਬਰਾਬਰ ਨੇ ਦੋਵੇਂ ਦਰਿਆ, ਇਹ ਇੱਕ ਮਿੱਠਾ ਏ ਤਰੇ ਬੁਝਾਉਂਦਾ, ਸੁਖੱਲਾ ਸੰਘੋ ਲੰਘਦਾ ਪਾਣੀ ਉਸਦਾ, ਅਤੇ ਇਹ ਖਾਰਾ ਏ ਕੌੜਾ। ਅਤੇ ਹਰ ਇੱਕ ਵਿੱਚੋਂ ਖਾਂਦੇ ਹੋ ਗੋਸ਼ਤ ਤਾਜ਼ਾ, ਅਤੇ ਕੱਢਦੇ ਹੋ ਮੋਤੀ ਗਹਿਣਾ ਜਿਹੜਾ ਪਹਿਨਦੇ ਹੋ। ਅਤੇ ਵੇਖਣਾ ਹੈ ਜਹਾਜ਼ ਉਸ ਵਿੱਚ ਪਾਣੀ ਪਾੜ ਕੇ ਤੁਰਦੇ, ਤਾਂ ਤੁਸੀਂ ਢੂੰਡੋ ਉਸ ਦੇ ਫਜ਼ਲ ਵਿੱਚੋਂ, ਅਤੇ ਸ਼ਾਇਦ ਤੁਸੀਂ ਸ਼ੁਕਰ ਕਰੋ। ਵਾੜ ਦਿੰਦਾ ਰਾਤ ਨੂੰ ਦਿਨ ਵਿੱਚ, ਅਤੇ ਵਾੜ ਦਿੰਦਾ ਦਿਨ ਨੂੰ ਰਾਤ ਵਿੱਚ, ਅਤੇ ਕੰਮ ਲਗਾਇਆ ਸੂ ਸੂਰਜ ਅਤੇ ਚੰਨ ਨੂੰ, ਹਰ ਇੱਕ ਤੁਰਦਾ ਹੈ ਇੱਕ ਵਕਤ ਮੁਕਰਰ ਤੱਕ। ਇਹੋ ਜਿਹੇ ਅੱਲਾ ਰੱਬ ਤੁਹਾਡਾ, ਉਸੇ ਦਾ ਰਾਜ ਏ, ਅਤੇ ਜਿਨ੍ਹਾਂ ਨੂੰ ਸੱਦਦੇ ਉਹ ਸਵਾ ਉਹਦੇ, ਉਹ ਮਾਲਕ ਨਹੀਂ ਖਜੂਰ ਦੀ ਗਿਟਕ ਦੀ ਛਿਲੜ ਦੇ ਵੀ। ਅਤੇ ਜੇ ਸੱਦੋ ਉਹਨਾਂ ਨੂੰ, ਨਹੀਂ ਸੁਣਦੇ ਸੱਦਣਾ ਤੁਹਾਡਾ, ਅਤੇ ਜੇ ਸੁਣਦੇ ਨੇ ਤਾਂ ਨਹੀਂ ਪਹੁੰਚਦੇ ਤੁਸਾਂ ਦੇ ਕੰਮ ਉੱਤੇ। ਅਤੇ ਦਿਨ ਕਿਆਮਤ ਦੇ ਨਾ ਮੰਨਣਗੇ ਤੁਹਾਡੇ ਸ਼ਰੀਕ ਠਹਿਰਾਣੇ ਨੂੰ, ਅਤੇ ਕੋਈ ਨਾ ਦੱਸੇਗਾ ਤੈਨੂੰ ਵਾਕਫਕਾਰ ਦੇ ਦੱਸਣ ਜਿਹਾ, ਯਾਨੀ ਅੱਲਾਹ ਤਾਲਾ ਨਾਲੋਂ ਵਧੇਰਾ ਹਾਲ ਦਾ ਵਾਕਫ ਕੋਈ ਨਹੀਂ। ਉਹ ਫਰਮਾਉਂਦਾ ਕਿ ਸਭ ਸ਼ਰੀਕ ਝੂਠੇ ਨੇ। يا أيها الناس أنتم الفقراء إلى الله والله هو الغني الحميد إن يشأ يذهبكم ويأتي بخلق جديد وما ذلك على الله بعزيز ولا تزر وازرة وزر أخرى وإن تدع مثقلة إلى حملها لا يحمل منه شيء ولو كان ذا قربى إنما تنذر الذين يخشون ربهم بالغيب وأقاموا الصلاة ومن تزكى فإنما يتزكى لنفسه وإلى الله المصير وما يستوي الأعمى والبصير ولا الظلمات ولا النور ولا الظل ولا الحرور وما يستوي الأحياء ولا الأموات إن الله يسمع من يشاء وما أنت بمسمع من في القبور إن أنت إلا نذير إنا أرسلناك بالحق بشيرا ونذيرا وإن من أمة إلا خلا فيها نذير وإن يكذبوك فقد كذب الذين من قبلهم
جاءتهم رسلهم بالبينات وبالزبر وبالكتاب المنير ثم أخذت الذين كفروا فكيف كان نكير اے لوکو تسی لوڑ وندو اللہ دی طرف تے اللہ او ہوئی ہے بے پرواہ سلایا ہویا جے چاہے فنا کر دے توانو تے لیاوے خلقت نمی تے نہیں ہوئے کام اللہ اگے پارو تے نہ چکے گا کوئی پار چکن والا پار دوسرے دا تے جے سدے کوئی پار نال لدیا ہویا اپنے پار ود کوئی نہ چکے اس وچوں اک ذرا پاویں جے کر ہووے ساکے دار ਤੂੰ ਡਰਾਉਣਾ ਨਿਰਾ ਉਹਨਾਂ ਨੂੰ ਜਿਹੜੇ ਖੌਫ ਰੱਖਦੇ ਨੇ ਆਪਣੇ ਰੱਬ ਦਾ ਬਿਨ ਡਿਠਿਆਂ ਅਤੇ ਦਰੁਸਤ ਪੜ੍ਹਦੇ ਨੇ ਨਮਾਜ਼ ਅਤੇ ਜਿਹੜਾ ਪਾਕ ਹੋਇਆ ਸੋ ਪਾਕ ਹੁੰਦਾ ਨਿਰਾ ਆਪਣੇ ਭਲੇ ਨੂੰ ਅਤੇ ਅੱਲਾ ਹੀ ਵੱਲ ਮੁੜਨਾ ਹੈ ਅਤੇ ਨਹੀਂ ਬਰਾਬਰ ਹੁੰਦਾ ਅੰਨਾ ਅਤੇ ਸੁਜਾਖਾ ਅਤੇ ਨਾ ਹਨੇਰੇ ਅਤੇ ਨਾ ਚਾਨਣ ਅਤੇ ਨਾ ਠੰਡੀ ਛਾਂ ਅਤੇ ਨਾ ਗਰਮ ਲੂ ਅਤੇ ਨਹੀਂ ਬਰਾਬਰ ਹੁੰਦੇ ਜਿਉਂਦੇ ਅਤੇ ਮੋਏ ਅੱਲਾ ਜ਼ਰੂਰ ਸੁਣਾਉਂਦਾ ਜਿਸ ਨੂੰ ਚਾਹੇ ਐ ਹਬੀਬ ਤੇ ਤੂੰ ਨਹੀਂ ਸੁਣਾਉਣ ਵਾਲਾ ਉਹਨਾਂ ਨੂੰ ਜਿਹੜੇ ਕਬਰਾਂ ਵਿੱਚ ਨੇ ਨਹੀਂ ਤੂੰ ਪਰ ਡਰਾਉਣ ਵਾਲਾ ਅਸਾਂ ਭੇਜਿਆ ਤੈਨੂੰ ਸੱਚਾ ਦੀਨ ਦੇ ਕੇ ਖੁਸ਼ਖਬਰੀ ਸੁਣਾਉਂਦਾ ਅਤੇ ਡਰਾਉਂਦਾ ਅਤੇ ਨਹੀਂ ਕੋਈ ਉਮਤ ਪਰ ਗੁਜ਼ਰ ਚੁੱਕਾ ਹੈ ਉਸ ਵਿੱਚ ਡਰਾਉਣ ਵਾਲਾ ਅਤੇ ਜੇ ਝੁਠਲਾਣ ਤੈਨੂੰ ਤਾਂ ਝੁਠਲਾ ਚੁੱਕੇ ਨੇ ਜਿਹੜੇ ਪਹਿਲੇ ਸੁਣ ਇਹਨਾਂ ਦੇ ਲਿਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਸਾਫ਼ ਦਲੀਲਾਂ ਅਤੇ ਹੁਕਮਨਾਮੇ ਅਤੇ ਕਿਤਾਬ ਰੋਸ਼ਨ ਹਦਾਇਤ ਦੇਣ ਵਾਲੀ ਫਿਰ ਪਕੜੇ ਮੈਂ ਜਿਹੜੇ ਬੇਈਮਾਨ ਹੋਏ ਫਿਰ ਕਿਆ ਕੂਆ ਹੋਇਆ ਅਜ਼ਾਬ ਮੇਰਾ ਅਲਮ ਤਰ ਅਨ ਅੱਲਾਹ ਅਨਜ਼ਲ ਮਿਨ ਅਸਮਾਇ ਮਾ ਫਅਖਰਜਨਾ ਬਿਹਿ ਸਮਰਾਤ ਮੁਖਤਲਿਫਨ ਅਲਵਾਨਹਾ ومن الجبال جدد بيض وحمر مختلف ألوانها وغرابيب سود ومن الناس والدواب والأنعام مختلف ألوانه كذلك إنما يخشى الله من عباده العلماء إن الله عزيز غفور إن الذين يتلون كتاب الله وأقاموا الصلاة وأنفقوا مما رزقناهم سرا وعلانية يرجون تجارة لن تبور ليوفيهم أجورهم ويزيدهم من فضله إنه غفور شكور والذي أوحينا إليك من الكتاب هو الحق مصدقا لما بين يديه إن الله بعباده لخبير بصير ثم أورثنا الكتاب الذين اصطفينا من عبادنا فمنهم ظالم لنفسه ومنهم مقتصد ومنهم سابق بالخيرات بإذن الله ذلك هو الفضل الكبير جنات عدن يدخلونها يحلون فيها من أساور من ذهب ولؤلؤا
ولباسهم فيها حرير وقالوا الحمد لله الذي أذهب عنا الحزن إن ربنا لغفور شكور الذي أحلنا دار المقامة من فضله لا يمسنا فيها نصب ولا يمسنا فيها لغوب والذين كفروا لهم نار جهنم لا يقضى عليهم فيموتوا ولا يخفف عنهم من عذابها كذلك نجزي كل كفور وهم يصطرخون فيها ربنا أخرجنا نعمل صالحا غير الذي كنا نعمل أولم نعمركم ما يتذكر فيه من تذكر وجاءكم النذير فذوقوا فما للظالمين من نصير فلا توني ويكيا الله نے اتاريا آسمانوں پانی ਫਿਰ ਕੱਢੇ ਅਸਾਂ ਉਸ ਨਾਲ ਮੇਵੇ ਜੁਦਾ ਜੁਦਾ ਨੇ ਰੰਗ ਉਹਨਾਂ ਦੇ ਅਤੇ ਪਹਾੜਾਂ ਵਿੱਚੋਂ ਕਾਟੀਆਂ ਨੇ ਚਿੱਟੀਆਂ ਅਤੇ ਲਾਲ ਅਤੇ ਕਾਲੀਆਂ ਸਿਆਹ ਜੁਦਾ ਜੁਦਾ ਰੰਗ ਨੇ ਉਹਨਾਂ ਦੇ ਅਤੇ ਆਦਮੀਆਂ ਅਤੇ ਜਾਨਦਾਰਾਂ ਅਤੇ ਚੋਖਰਾਂ ਵਿੱਚੋਂ ਜੁਦਾ ਜੁਦਾ ਨੇ ਰੰਗ ਹਰ ਇੱਕ ਦੇ ਇਸੇ ਤਰ੍ਹਾਂ ਡਰਦੇ ਨੇ ਖੁਦਾ ਤੋਂ ਉਹਦੇ ਬੰਦਿਆਂ ਵਿੱਚੋਂ ਨੇੜੇ ਸਮਝ ਵਾਲੇ ਅੱਲਾ ਜ਼ਰੂਰ ਜ਼ੋਰਾ ਬਾਰੇ ਬਖਸ਼ਣਹਾਰ ਜਿਹੜੇ ਪੜ੍ਹਦੇ ਨੇ ਕਿਤਾਬ ਅੱਲਾ ਦੀ ਅਤੇ ਦਰੁਸਤ ਪੜ੍ਹਦੇ ਨੇ ਨਮਾਜ਼ ਅਤੇ ਖਰਚਦੇ ਨੇ ਉਸ ਵਿੱਚੋਂ ਜਿੱਦਾਂ ਅਸਾਂ ਉਹਨਾਂ ਨੂੰ ਛੁਪਾ ਕੇ ਅਤੇ ਜ਼ਾਹਿਰ ਕਰਕੇ ਉਹ ਜ਼ਰੂਰ ਉਮੀਦਵਾਰ ਨੇ ਇੱਕ ਵਪਾਰ ਦੇ ਜਿਸ ਨੂੰ ਕਦੇ ਨਾ ਟੋਠਾ ਆਵੇ ਤਾਂ ਪੂਰੇ ਦੇ ਉਹਨਾਂ ਨੂੰ ਸਵਾਬ ਉਹਨਾਂ ਦੇ ਅਤੇ ਵਾਧੂ ਦੇ ਉਹਨਾਂ ਨੂੰ ਆਪਣੇ ਫਜ਼ਲ ਨਾਲ ਉਹ ਜ਼ਰੂਰ ਬਖਸ਼ਣਹਾਰ ਕਦਰ ਸ਼ਨਾਸ ਏ ਅਤੇ ਜਿਹੜੀ ਉਤਾਰੀ ਅਸਾਂ ਤੇਰੇ ਵੱਲ ਕਿਤਾਬ ਉਹ ਹੀ ਠੀਕ ਏ ਸੱਚਾ ਆਖਦੀ ਏ ਆਪਣੇ ਤੋਂ ਅਗਲੀ ਨੂੰ ਅੱਲਾ ਆਪਣੇ ਬੰਦਿਆਂ ਦੇ ਹਾਲ ਦੀ ਜ਼ਰੂਰ ਖਬਰ ਰੱਖਦਾ ਹੈ ਵੇਖਦਾ ਹੈ ਫਿਰ ਵਾਰਸ ਬਣਾਏ ਅਸਾਂ ਕਿਤਾਬ ਦੇ ਜਿਨ੍ਹਾਂ ਨੂੰ ਪਸੰਦ ਕੀਤਾ ਅਸਾਂ ਆਪਣੇ ਬੰਦਿਆਂ ਵਿੱਚੋਂ ਫਿਰ ਕੋਈ ਉਹਨਾਂ ਵਿੱਚੋਂ ਜ਼ੁਲਮ ਕਰਨ ਵਾਲਾ ਹੈ ਆਪਣੀ ਜਾਨ 'ਤੇ ਅਤੇ ਕੋਈ ਉਹਨਾਂ ਵਿੱਚੋਂ ਵਿਚਕਾਰਲੀ ਚਾਲਦਾ ਅਤੇ ਕੋਈ ਉਹਨਾਂ ਵਿੱਚੋਂ ਮੋਹਰੀ ਹੈ ਨੇਕੀਆਂ ਵਿੱਚ ਅੱਲਾ ਦੇ ਹੁਕਮ ਨਾਲ ਇਹੋ ਹੀ ਹੈ ਬੜੀ ਬਜ਼ੁਰਗੀ ਬਹਿਸ਼ਤ ਹਮੇਸ਼ਾ ਵਸਣ ਦੇ ਜਿਨ੍ਹਾਂ ਵਿੱਚ ਵੜਨਗੇ ਪਹਿਨਾਏ ਜਾਣਗੇ ਉੱਥੇ ਕੜੇ ਸੋਨੇ ਦੇ ਅਤੇ ਮੋਤੀ ਅਤੇ ਪੁਸ਼ਾਕ ਉਹਨਾਂ ਦੀ ਏ ਉੱਥੇ ਰੇਸ਼ਮ ਦੀ ਅਤੇ ਆਖਿਓ ਨੇ ਸਭ ਸੋਭਾ ਅੱਲਾ ਹੀ ਦੀ ਏ ਜਿਹਨੇ ਦੂਰ ਕੀਤਾ ਅਸਾਂ ਤੋਂ ਝੂਰਾ ਸਾਡਾ ਰੱਬ ਜ਼ਰੂਰ ਬਖਸ਼ਣਹਾਰ ਏ ਕਦਰ ਸ਼ਨਾਸ ਜਿਨ ਉਤਾਰਿਆ ਸਾਨੂੰ ਹਮੇਸ਼ਾ ਰਹਿਣੇ ਦੇ ਘਰ ਵਿੱਚ ਆਪਣੇ ਫਜ਼ਲ ਨਾਲ ਨਾ ਪਹੁੰਚੇ ਸਾਨੂੰ ਉਸ ਵਿੱਚ ਕੁਝ ਦੁੱਖ ਅਤੇ ਨਾ ਲੱਗੇ ਸਾਨੂੰ ਉਸ ਵਿੱਚ ਕੁਝ ਥਕੇਵਾਂ ਅਤੇ ਜਿਹੜੇ ਬੇਈਮਾਨ ਹੋਏ ਉਹਨਾਂ ਲਈ ਅੱਗੇ ਦੋਜ਼ਖ ਦੀ ਨਾ ਹੁਕਮ ਚੜੇਗਾ ਉਹਨਾਂ ਉੱਤੇ ਜੇ ਮਰ ਜਾਣ ਤੇ ਨਾ ਹਲਕਾ ਹੋਏਗਾ ਉਹਨਾਂ ਉੱਤੋਂ ਉਸ ਦੇ ਅਜ਼ਾਬ ਵਿੱਚੋਂ ਇਸੇ ਤਰ੍ਹਾਂ ਅਸੀਂ ਬਦਲਾ ਦਿੰਦੇ ਹਾਂ ਹਰ ਇੱਕ ਬੜੇ ਨਾ ਸ਼ੁਕਰੇ ਨੂੰ ਤੇ ਉਹ ਚੀਕਾਂ ਮਾਰਦੇ ਨੇ ਉੱਥੇ ਸਾਡੇ ਰੱਬਾ ਕੱਢ ਲੈ ਸਾਨੂੰ ਤਾਂ ਅਸੀਂ ਕਰੀਏ ਕੋਈ ਨੇਕ ਕੰਮ ਸਵਾ ਉਸ ਕੰਮ ਦੇ ਜੋ ਅਸੀਂ ਕਰਦੇ ਰਹੇ ਸਾਂ ਭਲਾ ਤੇ ਉਮਰ ਨਹੀਂ ਸੀ ਦਿੱਤੀ ਅਸਾਂ ਤੁਹਾਨੂੰ ਇਤਨੀ ਜਿਸ ਵਿੱਚ ਸੋਚ ਲਏ ਜਿਨ ਸੋਚਣਾ ਹੋਵੇ ਤੇ ਆਇਆ ਸੀ ਤੁਸਾਂ ਕੋਈ ਡਰਾਉਣ ਵਾਲਾ ਹੁਣ ਸਵਾਦ ਚੱਖੋ ਫਿਰ ਕੋਈ ਨਹੀਂ ਜ਼ਾਲਮਾਂ ਦਾ ਮਦਦਗਾਰ إن الله عالم غيب السماوات والأرض إنه عليم بذات الصدور هو الذي جعلكم خلائف في الأرض فمن كفر فعليه كفره ولا يزيد الكافرين كفرهم عند ربهم
ربهم إلا مقتا ولا يزيد الكافرين كفرهم إلا خسارا قل أرأيتم شركاءكم الذين تدعون من دون الله أروني ماذا خلقوا من الأرض أم لهم شرك في السماوات أم آتيناهم كتابا فهم على بينة منه بل إن يعد الظالمون بعضهم بعضا إلا غرورا إن الله يمسك السماوات والأرض أن تزولا ولئن زالتا إن أمسكهما من أحد من بعده إنه كان حليما غفورا وأقسموا بالله جهد أيمانهم لئن جاءهم نذير ليكونن أهدى من إحدى الأمم فلما جاءهم نذير ما زادهم إلا نفورا استكبارا في الأرض ومكر السيء ولا يحيق المكر السيء إلا بأهله فهل ينظرون إلا سنة الأولين فلن تجد لسنة الله تبديلا ولن تجد لسنة الله تحويلا أولم يسيروا في الأرض فينظروا كيف كان عاقبة الذين من قبلهم وكانوا أشد منهم قوة وما كان الله ليعجزه من شيء في السماوات ولا في الأرض إنه كان عليما قديرا ولو يؤاخذ الله الناس بما كسبوا ما ترك على ظهرها من دابة ولكن يؤخرهم إلى أجل مسمى فإذا جاء أجلهم فإن الله كان بعباده بصيرا اللہ ضرور جاننے والا ہے چھپی ہوئی چیز آسمان تے زمین دی او ضرور جاندا ہے دلاں دے پیت اوہی ہے جن بنا دتا تانو خلیفہ زمین وچ پھر جڑا بےمان ہویا سو اسے اتے وبال او دی بےمانی دا تے نہ ودابے گی بےماناں نو بےمانی انہاں دی انہاں دے رب کول پر غصہ تے نہ ودائے گی بےماناں نو بےمانی انہاں دی پر کاٹا حبیب تسی آکھو بھلا ویکھے جے شریک اپنے جنہاں نو سادے سو سوال اللہ دے ਵਿਖਾਓ ਮੈਨੂੰ ਕੀ ਕੁਛ ਪੈਦਾ ਕੀਤਾ ਨੇ ਜ਼ਮੀਨ ਵਿੱਚੋਂ ਜਾਂ ਉਹਨਾਂ ਦਾ ਕੁਝ ਸਾਂਝ ਆਇਆ ਅਸਮਾਨ ਵਿੱਚ ਜਾਂ ਦਿੱਤੀ ਅਸਾਂ ਉਹਨਾਂ ਨੂੰ ਕੋਈ ਕਿਤਾਬ ਸੋ ਉਹਨਾਂ ਕੋਲ ਕੋਈ ਦਲੀਲ ਹੈ ਉਸ ਦੀ ਸਗੋਂ ਨਹੀਂ ਵਾਅਦਾ ਦਿੰਦੇ ਜ਼ਾਲਮ ਇੱਕ ਦੂਜੇ ਨੂੰ ਪਰ ਫਰੇਬ ਦਾ ਅੱਲਾ ਜ਼ਰੂਰ ਥੰਮਦਾ ਆ ਅਸਮਾਨਾਂ ਅਤੇ ਜ਼ਮੀਨ ਨੂੰ
ਤਾਂ ਡਿੱਗ ਨਾ ਪੈਣ, ਤੇ ਜੇ ਡਿੱਗ ਪੈਣ ਨਾ ਥੰਮ ਸਕੇ ਉਹਨਾਂ ਨੂੰ ਕੋਈ ਵੀ ਉਸ ਦੇ ਪਿੱਛੋਂ, ਉਹ ਜ਼ਰੂਰ ਹੀ ਹੈ ਤਹਮੁਲ ਵਾਲਾ ਬਖਸ਼ਣਹਾਰ। ਤਾਂ ਕਸਮ ਖਾਧੀ ਸਾਨੇ ਅੱਲਾ ਦੀ, ਪੱਕੀ ਕਸਮਾਂ ਆਪਣੀਆਂ ਦੇ, ਭਾਈ ਜੇ ਆਵੇਗਾ ਉਹਨਾਂ ਕੋਲ ਕੋਈ ਡਰਾਉਣ ਵਾਲਾ ਤਾਂ ਹੋ ਜਾਣਗੇ ਵਧੇਰੇ ਹਦਾਇਤ ਵਾਲੇ ਸਾਰੀਆਂ ਉਮਤਾਂ ਵਿੱਚੋਂ, ਦੂਸਰੀ ਹਦਾਇਤ ਵਾਲੀ ਉਮਤ ਨਾਲੋਂ ਵੀ। ਫਿਰ ਜਦ ਆਇਆ ਉਹਨਾਂ ਕੋਲ ਡਰਾਉਣ ਵਾਲਾ, ਨਾ ਵਧਾਇਓ ਸੂ ਉਹਨਾਂ ਦਾ ਪਰਤ ਰਹਿਣਾ। ਉਚਾਈ ਕਰਨ ਲਈ ਮੁਲਕ ਵਿੱਚ ਤੇ ਬੁਰੇ ਦਾਲ ਆਉਣ ਲਈ, ਤੇ ਨਹੀਂ ਘੇਰ ਦਾ ਬਵਾਲ ਬੁਰੇ ਦਾਲ ਆਉਣ ਦਾ, ਪਰ ਦਾਲ ਲਾਉਣ ਵਾਲਿਆਂ ਨੂੰ ਫਿਰ ਨਹੀਂ ਉਡੀਕਦੇ ਨੇ ਪਰ ਦਸਤੂਰ ਅਗਲਿਆਂ ਦਾ। ਸੋ ਨਹੀਂ ਵੇਖੇਗਾ ਤੂੰ ਅੱਲਾ ਦੇ ਦਸਤੂਰ ਦਾ ਬਦਲਾਉਣਾ, ਤੇ ਨਹੀਂ ਵੇਖੇਗਾ ਅੱਲਾ ਦੇ ਦਸਤੂਰ ਦਾ ਭਾਉ ਆਉਣਾ। ਭਲਾ ਤੇ ਫਿਰੇ ਨਹੀਂ ਜ਼ਮੀਨ ਵਿੱਚ ਜੇ ਵੇਖਦੇ ਕੀਕਰ ਹੋਇਆ ਔੜਕ ਉਹਨਾਂ ਦਾ ਜਿਹੜੇ ਪਹਿਲੇ ਸਣ ਇਹਨਾਂ ਦੇ, ਤੇ ਉਹ ਵਧੇਰੇ ਸਖ਼ਤ ਸਣ ਇਹਨਾਂ ਨਾਲੋਂ ਜ਼ੋਰ ਵਿੱਚ, ਤੇ ਅਜਿਹਾ ਨਹੀਂ ਹੈ ਅੱਲਾ ਜੋ ਹਰਾ ਸਕੇ ਉਹਨੂੰ ਕੋਈ ਚੀਜ਼ ਅਸਮਾਨਾਂ ਵਿੱਚ ਤੇ ਨਾ ਜ਼ਮੀਨ ਵਿੱਚ। ਉਹ ਜ਼ਰੂਰ ਹੈ ਜਾਣੂ ਕਰਨ ਯੋਗ, ਤੇ ਜੇ ਪਕੜਨ ਲੱਗੇ ਅੱਲਾ ਲੋਕਾਂ ਨੂੰ ਬਦਲੇ ਉਹਨਾਂ ਦੇ ਕੀਤੇ ਦੇ, ਨਾ ਛੱਡੇ ਜ਼ਮੀਨ ਦੀ ਕੰਢ ਉੱਤੇ ਇੱਕ ਜਾਨਦਾਰ ਨੂੰ ਵੀ, ਪਰ ਢਿੱਲ ਦਿੰਦਾ ਹੈ ਉਹਨਾਂ ਨੂੰ ਇੱਕ ਮੁੱਦਤ ਮੁਕਰਰ ਤੀਕ। ਫਿਰ ਜਦ ਆਵੇਗੀ ਮੁੱਦਤ ਉਹਨਾਂ ਦੀ, ਤਾਂ ਅੱਲਾ ਜ਼ਰੂਰ ਹੈ ਆਪਣੇ ਬੰਦਿਆਂ ਨੂੰ ਵੇਖਦਾ।